ਇਹ ਤੇ ਹੀ ਪੰਜਾਬ ਦੀ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਨਰਿੰਦ ਕੇਜਰੀਵਾਲ ਨੇ 13 ਸਿਫਰ ਦਾ ਕੀਤਾ ਸੀ ਲੇਕਿਨ ਤਿੰਨ ਤੇ ਸਿਮਟ ਕੇ ਰਹਿ ਗਈ ਅਤੇ ਕਾਂਗਰਸ ਨੇ ਜਿਹੜੀ ਹੈ ਵੱਡੀ ਜਿੱਤ ਹਾਸਲ ਕੀਤੀ ਹੈ 7 ਸੀਟਾਂ ਦੇ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਪਿਛਲੀ ਲੋਕ ਸਭਾ ਚੋਣਾਂ 'ਚ 8 ਸੀਟਾਂ ਦੇ ਜਿੱਤੇ ਸਨ ਸ਼੍ਰੋਮਣੀ ਕਾਲਦਲ ਆਪਣੀ ਇੱਕ ਸੀਟ ਜਿਹੜਾ ਹਾਸਲ ਕਰ ਪਾਈ ਹੈ ਬਠਿੰਡਾ ਦੇ ਵਿੱਚ ਪਰ ਇੱਕ ਵਾਰ ਫੇਰ ਤੋਂ ਹਰਮਿਤ ਕੌਰ ਬਾਦਲ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਬੀਜੇਪੀ खाता नहीं खोल पाई लगातार उम्मीदवार का तो जो विरोध होया उसका असर यह नज़र आया कि इस टैली के सिफरते ही नज़र आ रही है जिसकी जिम्मेवारी जोड़ी है पाब भाजपा प्रधान सुनील जाखड़ ने भी प्रेस कॉन्फ्रेंस करके लई उतार हैरान किए नतीजे वो इंडिपेंडेंट अमृतपाल से अमरजीत खालसा जिन्ह जित हासिल की है खडूर साहब से फरीदकोट तो जो जित हासिल की है सो तो अजय विकारी मारी उसकी तस्वीर तुम्हें जी है अपनी स्क्रीन इस वे वेख रहे हो सो तेरह लोग सभा सीटा पाब दियां ਜਿਸ ਦੇ ਵਿੱਚ तमाम ਉਮੀਦਵਾਰਾ ਵੱਲੋਂ ਪਾਰਟੀ ਦੇ ਦਿਗਜਾ ਵੱਲੋਂ ਚੋਣ ਪਰ ਚਾਰ ਜੜਾ ਕੀਤਾ ਗਿਆ 1 ਜੂਨ ਨੂੰ ਜਿਹੜੀਆਂ ਵੋਟਾਂ ਪਈਆਂ ਲੇਕਿਨ ਉਸ ਤੋਂ ਬਾਅਦ ਹੁਣ ਜਦੋਂ ਚੋਣ ਨਤੀਜੇ ਸਾਹਮਣੇ ਆਏ ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਜਿਹੜੇ ਨਤੀਜੇ ਆਏ ਨੇ ਕਿ ਜਿਨ੍ਹਾਂ ਨੇ ਵੱਡੇ ਪੱਧਰ ਤੇ ਪਾਰਟੀਆਂ ਬਦਲੀਆਂ ਦਲ ਬਦਲੂਆਂ ਨੂੰ ਜਿਹੜਾ ਹੈ ਲੋਕਾਂ ਨੇ ਨਕਾਰ ਦਿੱਤਾ ਚਰਨਜੀਤ ਚੰਨੀ ਜਿਹੜੇ ਕਿ ਜਲੰਧਰ ਤੋਂ ਚੋਣ ਲੜ ਰਹੇ ਸਨ ਔਰ ਇੱਥੇ ਉਹਨਾਂ ਨੇ ਵੱਡੀ ਹਾਲਾਂਕਿ ਸੋਸ਼ਿਲ ਰਿੰਕੂ ਜਿਹੜੇ ਬਾਈ ਇਲੈਕਸ਼ਨ ਜਿੱਤ ਕੇ ਆਏ ਸਨ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੇਕਿਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਗੁਰਮੀਤ ਹੀਰ ਮੀਤ ਹੀਰ ਜਿਹੜੇ ਨੇ ਉਹ ਸੰਗਰੂਰ ਤੋਂ ਉਹਨਾਂ ਨੇ ਵੀ ਰਿ ਸਮਰਤ ਕੋਰ ਬਦਲ ਚੌਥੀ ਵਾਰ ਉਹਨਾਂ ਨੇ तकरीबन 50000 ਦੀ तकरीबन ਇਹ ਲੀਡ ਜੜੀ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਹੈ ਬਠਿੰਡਾ ਤੋਂ ਉਹ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਸੁਖਜਿੰਦਰ ਰੰਦਾਵਾ ਇੱਕ ਵਾਰ ਫੇਰ ਤੋਂ ਗੁਰਦਾਸਪੁਰ ਤੋਂ ਉਹਨਾਂ ਨੇ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ 83000 ਤੋਂ ਉੱਪਰ ਦੀ ਉਹਨਾਂ ਨੇ ਇੱਥੇ ਵੋਟਾਂ ਦੇ ਮਾਰਜਿਨ ਨਾਲ ਜਿੱਤ ਲੇਕਿਨ ਇਹ ਲੁਧਿਆਣਾ ਦੀ ਸੀ ਬੜੀ ਹੀ ਦਿਲਚਸਪ ਅਤੇ ਫਾਈਟ ਸੀ ਬਿੱਟੂ ਦੇ ਨਾਲ ਅਮਰਿੰਦਰ ਰਾਜਾ ਵੜਿੰਗ ਦੀ 21000 ਵੋਟਾਂ ਦੇ ਨਾਲ ਉਹਨਾਂ ਨੇ ਬਿੱਟੂ ਨੂੰ ਸ਼ਿਕਸ ਦਿੱਤੀ ਸੋ ਇਹ ਤਸਵੀਰ ਕਈ ਦਿਗਜਾਂਦੀ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਜਿਹੜੇ ਦਿਗਜ ਨੇ ਉਹਨਾਂ ਨੇ ਜਿੱਤ ਹਾਸਲ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ एक लख सतानवे हज़ार तकरीबन दो लख करीब वोटा के नीचे जित हासिल की सरबजीत सिंह खालसा फरीदकोट तो उम्मीदवार इंडिपेंडेंट सत्तर हज़ार तो उपर वोटा जितते ने सो ये जोड़े दो इंडिपेंडेंट ने इन्ह ने जोड़ा है खेला इतने ए बिगाड़ कि जो एग्जिट पोल में किया जा रहा है कि जो भाजपा दो या तीन सटा सकती है लेकिन इंडिपेंडेंट्स इन्होंने दोनों ने हालांकि सरबजीत खालसा सब तो व्डा सप्राइज पैकेज रहा कि उन्होंने जिस जित हासिल की थी और इस मौके से उन्होंने जो तमाम वोट ਕਿ ਜਤਨਵਾਦੀ ਕਿਰਦ ਅਮਰਿਤਪਾਲ ਉਹ ਹਲੇ ਵੀ ਡਿਪੂਟ ਜੇਲ੍ਹ ਚ ਬੰਦੇ ਨੇ ਇਸੇ ਲੱਗੀ ਹੈ ਲੇਕਿਨ ਇਸ ਦੇ ਬਾਵਜੂਦ ਜਿਸ ਤਰ੍ਹਾਂ ਦੇ ਨਾਲ ਇੱਥੇ ਖਡੂਰ ਸਾਹਿਬ ਦੀ ਸੰਗਤ ਨੇ ਜੋ ਲੋਕ ਸਨ ਉਹਨਾਂ ਨੇ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਤਾਂ ਵੱਡੀ ਜਿੱਤ ਜਿਹੜੀ ਹੈ ਉਹ ਅਮਰਿਤਪਾਲ ਨੇ हासिल की थी है, पंजाब दी तस्वीर है और किस तरह मानदरी तधायक हार का सामना करना पे सो यह तस्वीर है क्योंकि बड़ा दारोमदार जरा लग्यादा सवाल है चोड़ा बनिया सन बानवे सीटा जड़िया विधानसभा चोना जित के आम आदमी पार्टी हो चाहिए और महज दो ढाई साल का जो है टुट चुके स लोग बड़े त्रस ने ਵਕ-ਵਕ ਵਰਗਾਂ ਦੇ ਲੋਕਾਂ ਨੇ ਲਗਾਤਾਰ ਆਪਣਾ ਵਿਰੋਧ ਜ਼ਾਹਿਰ ਕੀਤਾ ਅਤੇ ਇਸ ਆਮ ਆਦਮੀ ਪਾਰਟੀ ਨੂੰ ਇੱਕ ਖਾਸ ਆਦਮੀ ਪਾਰਟੀ ਮੰਨਿਆ ਅਤੇ ਇਸ ਦਾ ਨਤੀਜਾ ਕਿ ਮੰਨਦੇ ਇਹ तमाम ਜਿਹੜੇ ਮੰਤਰੀ ਤੇ ਵਿਧਾਇਕ ਜਨਾਂ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਉਹਨਾਂ ਨੂੰ ਹਾਰ ਦਾ ਸਾਹਮਣਾ ਇੱਥੇ ਕਰਨਾ ਪਿਆ ਜੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਸੋਚਣ ਤੇ ਮਜਬੂਰ ਕਰੇਗਾ ਸਿਰਫ ਪੰਜਾਬ ਦੇ ਵਿੱਚ ਹੀ ਇਹ ਤਿਲ ਸੀਟਾ ਹਾਸਲ ਕਰ ਪਾਈ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਤੜੀਆਂ तमाम ਸੀਟਾਂ ਤੇ ਉਹਨਾਂ ਨੂੰ ਹਾਰ ਔਰ ਕਿਤੇ ਹੋਰ ਖਾਤਾ ਜੜਾ ਹੈ ਆਮ ਆਦਮੀ ਪਾਰਟੀ ਖੋਲ ਨਹੀਂ ਪਾਈ ਹੈ ਔਰ ਇੱਥੇ ਮੰਨਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਤਸਵੀਰ ਇਸ पंजाब सो लोग जी जनता की कुछ सोच दी है की कुछ चाहती है दावे भावे लग कर लो भाव दिग्गज जड़े कर आम आदमी पार्टी वालों भी इतने तमाम इश्तेहार अपने सोले जरूर गाए जा रहे लेकिन जनता ने इथे आईना दिखा दिता है